ਮਾਚੀਵਾੜਾ ਪੁਲਿਸ ਵੱਲੋਂ 4 ਮਹੀਨੇ ਪਹਿਲਾਂ ਲਾਪਤਾ ਹੋਏ ਨੌਜਵਾਨ ਰਾਜੂ ਸਿੰਘ ਵਾਸੀ ਪਿੰਡ ਮਾਜਰੀ ਥਾਣਾ ਮੁਰਿੰਡਾ ਦਾ ਕਤਲ ਹੋਣ ਤੋਂ ਬਾਅਦ ਖੇਤਾਂ ਵਿੱਚ ਦਬੀ ਲਾਸ਼ ਕਥਿਤ ਦੋਸ਼ੀ ਤੇਜਿੰਦਰ ਸਿੰਘ ਉਰਫ ਗੋਲਡੀ ਦੀ ਨਿਸ਼ਾਨਦੇਹੀ ਤੇ ਬਰਾਮਦ ਕਰਵਾ ਲਈ ਗਈ ਹੈ। ਇਸ ਮਾਮਲੇ 'ਚ ਖੁਲਾਸਾ ਹੋਇਆ ਹੈ ਕਿ ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਸਾਂਡੂ ਨੇ ਹੀ ਆਪਣੇ ਸਾਂਡੂ ਦਾ ਸਾਥੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਮਾਮਲੇ ਸੰਬੰਧੀ ਅੱਜ ਸਮਰਾਲਾ ਦੇ DSP ਹਰਵਿੰਦਰ ਸਿੰਘ ਖਹਿਰਾ ਅਤੇ ਥਾਣਾ ਮੁਖੀ ਵਿਜੇ ਕੁਮਾਰ ਨੇ ਇਸ ਦੇ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ, ਤੁਸੀਂ ਆਪ ਸੁਣੋ। ਇਹ ਜੀ ਰਾਜੂ ਸਿੰਘ ਨਾਂ ਦਾ ਇੱਕ ਲੜਕਾ ਸੀਗਾ, ਬੱਚਾ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਸੀਗਾ। ਉਸ ਤੋਂ ਬਾਅਦ ਰੱਖਾ ਸਿੰਘ ਨਾਂ ਦਾ ਬੰਦਾ ਸੀਗਾ, ਇੱਕ ਉਹਨੇ ਆਪਣੇ ਇਹਨੂੰ ਪਿੰਡ ਵਿੱਚ ਰੱਖਿਆ ਹੋਇਆ ਸੀਗਾ ਮਾਝੀ ਪਿੰਡ ਦੇ ਵਿੱਚ। ਉਹਨੇ ਜੰਮਿਆ ਬਿਹਾਰ ਦਾ ਸੀ, ਪਾਲਿਆ ਉਹਨਾਂ ਨੇ ਸੀਗਾ, ਉਹਨਾਂ ਦੇ ਲਾਦ ਕੋਈ ਨਹੀਂ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਇਹਦਾ ਵਿਆਹ ਕੀਤਾ, ਉਹਨਾਂ ਨੇ ਇਹਦਾ ਸਾਰੀ ਜੋ ਰਸਮ ਸੀਗੇ ਰੀਤੀ ਰਿਵਾਜ਼ ਨਾਲ ਸਾਰੇ ਉਹਨਾਂ ਨੇ ਕਰੇ ਸੀਗੇ। ਇਹਦਾ ਇੱਕ ਦੂਜਾ ਸਾਂਢੂ ਸੀਗਾ ਤੇਜਿੰਦਰ ਗੋਲਡੀ, ਉਹਦੇ ਨਾਲ ਇਹਦੀ ਜਿਹੜੀ ਸਾਲ ਇਹਦੀ ਵਾਈਫ ਜਿਹੜੀ ਪੂਜਾ, ਉਹਦਾ ਸਾਂਢੂ ਸੀਗਾ ਉਹ। ਉਹਨੇ ਆਪਣੀ ਜਿਹੜੀ ਵਾਈਫ ਸੀ ਉਹਦੇ ਨਾਲ ਇਹਦਾ ਡਿਸਪਿਊਟ ਹੋਇਆ ਤੇਜਿੰਦਰ ਸਿੰਘ ਗੋਲਡੀ ਦਾ, ਉਹਨੇ ਉਹਨੂੰ ਛੱਡ ਕੇ ਅਤੇ ਰਾਜੂ ਸਿੰਘ ਦੀ ਵਾਈਫ ਜਿਹੜੀ ਸੀਗੀ ਇਹਦੇ ਨਾਲ ਉਹਨੇ ਸੰਬੰਧ ਬਣਾਏ। ਸੰਬੰਧ ਬਣਾਉਣ ਦੇ ਵਿੱਚ ਉਹਨੇ ਇਹਨੂੰ ਰੋਕਿਆ ਵੀ ਤੂੰ ਇੱਦਾਂ ਨਾ ਕਰ, ਇਹ ਉਹਦਾ ਰਾਹ ਦਾ ਰੋੜਾ ਬਣਦਾ ਸੀਗਾ। ਇਸ ਕਰਕੇ ਇਹਨੇ ਆਪਣੇ ਸਾਥੀ ਜਿਹੜਾ ਸੀਗਾ ਰਿੱਕੀ ਉਹਦੇ ਨਾਲ ਲੱਗ ਕੇ, ਨਾਲ ਦੋ ਇੱਕ ਰਿੱਕੀ ਦਾ ਦੋਸਤ ਸੀਗਾ ਸੈਮਲ, ਇਹਨਾਂ ਤਿੰਨਾਂ ਨੇ ਰਲ ਕੇ ਇਹਨੂੰ ਇੱਥੇ ਇੰਦਰਾ ਕਲੋਨੀ ਬੁਲਾਇਆ, ਬੁਲਾ ਕੇ ਉਹਦੇ ਵਿੱਚ ਇਹਨੂੰ ਮੁੜ ਕੇ ਇਹਨਾਂ 13-5 ਨੂੰ ਬੁਲਾਇਆ ਸੀਗਾ। ਬੁਲਾਉਣ ਤੋਂ ਬਾਅਦ ਦੇ ਵਿੱਚ ਇੱਥੇ ਇਹਨਾਂ ਨੇ ਲਿਆ ਕੇ ਹੈਗੀ ਜਗ੍ਹਾ ਬੇਬਾਦ ਜੀ ਪਈ ਸੀ ਬੰਦ ਪਿਆ ਘਰ ਦਾ ਖੇਤ ਦਾ, ਉਹਦੇ ਵਿੱਚ ਲਿਆ ਕੇ ਇਹਨਾਂ ਨੇ ਮਾਰ ਕੇ ਉਹਨੂੰ ਟੋਆ ਫੁੱਟ ਕੇ ਦੱਬ ਦਿੱਤਾ ਸੀਗਾ। ਉਹ ਜਿਹੜੀ ਰਫਟ ਸੀ, ਰਫਟ ਦੇ ਆਧਾਰ 'ਤੇ ਅਸੀਂ ਪੜਤਾਲ ਕੀਤੀ। ਪੜਤਾਲ ਦੇ ਵਿੱਚ ਜਿਹੜਾ ਸਾਲਾ ਸੀਗਾ ਸੰਤੋਸ਼, ਸੰਤੋਸ਼ ਦੇ ਬਿਆਨ 'ਤੇ ਅਸੀਂ 302 ਦਾ ਪਰਚਾ ਦਰਜ ਕੀਤਾ। ਸੰਤੋਸ਼ ਨੇ ਦੱਸਿਆ ਵੀ ਮੈਨੂੰ ਕੁਝ ਪਤਾ ਲੱਗਿਆ ਇਹਦੇ ਬਾਰੇ, ਉਹਨੇ ਦੱਸਿਆ ਵੀ ਦੱਸਣ 'ਤੇ ਫਿਰ ਅਸੀਂ ਮੂਵਮੈਂਟ ਅੱਗੇ ਸ਼ੁਰੂ ਕੀਤੀ, ਹੌਲੀ ਹੌਲੀ ਪੜਤਾਲ ਕੀਤੀ, ਕਾਲਟੇਲਾਂ ਨੂੰ ਅਸੀਂ ਵਾਚਿਆ। ਅਤੇ ਵਾਚਣ ਤੋਂ ਬਾਅਦ ਵਿੱਚ ਫਿਰ ਸਾਰਾ ਪਤਾ ਲੱਗਿਆ ਵੀ ਇਹਦੀ ਜਿਹੜਾ ਰਿੱਕੀ ਸੀਗਾ ਲੱਖੋਵਾਲ ਦਾ, ਉਸ ਬੰਦੇ ਨੇ ਇਹਨੂੰ ਫੋਨ ਕਰਕੇ ਬੁਲਾਇਆ ਸੀਗਾ। ਬੁਲਾਉਣ ਤੋਂ ਬਾਅਦ ਵਿੱਚ ਇਹਨਾਂ ਨੇ ਉੱਥੇ ਦਾਰੂ ਪਿਆ ਕੇ ਉਹਨੂੰ ਇੱਥੇ ਲਿਆਂਦਾ, ਲਿਆ ਕੇ ਇੱਥੇ ਮਾਰ ਕੇ ਦੱਬ ਦਿੱਤਾ। ਦੱਬਣ ਤੋਂ ਬਾਅਦ ਹੁਣ ਅਸੀਂ ਇਹਨਾਂ ਦੇ ਜਿਹੜਾ ਸੰਤੋਸ਼ ਕੁਮਾਰ ਆ ਉਹਦੇ ਬਿਆਨ 'ਤੇ ਅਸੀਂ 302 ਦਾ ਪਰਚਾ ਦਰਜ ਕੀਤਾ ਅਤੇ ਉਹਦੇ ਵਿੱਚ ਫਿਰ ਉਹਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਉਹਨੇ ਅੱਜ ਨਿਸ਼ਾਨਦੇਹੀ ਕਰਵਾ ਕੇ ਜਿੱਥੇ ਉਹਨੇ ਮਾਰ ਕੇ ਦੱਬਿਆ ਸੀਗਾ ਉਹਨੇ ਆ ਕੇ ਡੱਡਬੁੜੀ ਦਿੱਤੀ ਆ। ਉਹ ਹੁਣ ਨਾਇਬ ਤਹਿਸੀਲਦਾਰ ਸਾਹਿਬ ਸਾਡੇ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਆ ਕੇ ਡਿਊਟੀ ਮੈਜਿਸਟਰੇਟ SHO ਮੇਰੇ ਨਾਲ ਨੇ ਵਿਜੇ, ਇਹਨਾਂ ਨੇ ਅਸੀਂ ਆ ਕੇ ਅਸੀਂ ਸਾਰੀ ਇਹਦੀ ਨਿਸ਼ਾਨਦੇਹੀ ਦੇ ਉੱਤੇ ਬੋਡੀ ਬਰਾਮਦ ਕੀਤੀ ਆ। ਹੁਣ ਬੋਡੀ ਦਾ ਉਹਨੇ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ। ਇਹਨਾਂ ਨੇ ਮਾਰਿਆ ਕਿੱਦਾਂ ਜੀ, ਬਾਰੇ ਕੁਛ ਪਤਾ ਲੱਗੇ ਕਿਸ ਤਰ੍ਹਾਂ ਮਾਰਿਆ? ਜਿਹੜਾ ਦੂਜਾ ਮਿਸਤਰੀ ਦਾ ਕੰਮ ਕਰਦਾ ਸੀ, ਮਿਸਤਰੀ ਦਾ ਇੱਕ ਹਜ਼ਾਰ ਹੁੰਦਾ ਤਿੱਖਾ, ਉਹਨੇ ਚੌਰਸੀ ਮਾਰ ਕੇ ਇੱਕ ਬਰਫ ਵਾਲਾ ਸੂਬਾ ਕਿਰਚ ਹੁੰਦਾ, ਉਹ ਕਿਰਚ ਮਾਰੀ ਸੀ, ਕਿਰਚ ਮਾਰ ਕੇ ਉਹਨੂੰ ਮਾਰਿਆ ਸੀਗਾ। ਇਸ ਮਾਮਲੇ 3 ਦੋਸ਼ੀ ਕਿੰਨੇ ਗ੍ਰਿਫਤਾਰ ਕਰ ਲਏ ਗਏ ਨੇ? ਇਹਦੇ ਵਿੱਚ 3 ਦੋਸ਼ੀ ਸੀਗੇ, 2 ਅਸੀਂ ਗ੍ਰਿਫਤਾਰ ਕਰ ਲਏ, ਇੱਕ ਦੀ ਡੈਥ ਹੋ ਗਈ। ਇਸ ਕਰਕੇ ਸਾਰੇ ਫੜ ਲਏ ਨੇ, ਪੋਸਟਮਾਰਟਮ ਦਾ ਕਰਾਉਣ ਵਾਸਤੇ ਚੱਲੇ ਹਾਂ, ਬਾਕੀ ਦਾ DNA ਕਰਾਉਣਾ ਇਹਦੇ ਪਰਿਵਾਰ ਦੇ ਨਾਲ, ਅਗਲੀ ਤਫਤੀਸ਼ ਫਰਦਰ ਜਿਹੜੀ ਹੈਗੀ ਆ ਉਹ ਅਸੀਂ ਕਰਾਂਗੇ। ਦੋਸ਼ੀ ਸਾਡੇ ਗ੍ਰਿਫਤਾਰ ਨੇ। ਮਾਛੀਵਾੜਾ ਸਾਹਿਬ ਤੋਂ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ, ਦ ਪਬਲਿਕ ਟਾਈਮਜ਼।